ਸਵੇਰੇ ਸਵੇਰੇ ਸੱਜਣੋ ਤੇ ਮਿੱਤਰੋ ਹਮਜ਼ਾ ਸਾਹਿਬ ਨੂੰ ਮੈਂ ਕਿਹਾ ਯਾਰ ਮੱਖਣ ਵਰਗੀ ਗੱਡੀ ਕੱਢ ਲਿਆ ਮੈਂ ਜਾਣਾ ਯਾਰ ਹੁਣ ਵੀ ਮੱਠੀ ਜੀ ਬਾਅਦ ਚ ਹੋ ਗਏ ਰੈਡੀ। ਹਾਂਜੀ ਅਸਲਾਮ ਅਲੈਕਮ ਮਿੱਤਰੋ, ਕੀ ਹਾਲ ਚਾਲ ਆ? ਸੇਹ ਠੀਕ ਆ? ਸ਼ੁਰੂ ਕਰਦੇ ਆ ਮਿੱਠਾ ਵਿਲੋ। ਮੁੰਡੇ ਨੇ ਮਾਰੀ ਗੱਡੀ ਨੂੰ ਨਜ਼ਰ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਹਮਜ਼ਾ ਸਾਹਿਬ ਨੇ ਕੱਪੜਾ ਮਾਰ ਕੇ ਕਰ ਦਿੱਤੀ ਗੱਡੀ ਮੀਆਂ। ਸੱਜਣੋ ਤੇ ਮਿੱਤਰੋ ਮੈਂ ਕਿਹਾ ਯਾਰ ਸ਼ਹਿਰ ਜਾਂਦੇ ਜਾਂਦੇ ਇੱਕ ਵਾਰੀ ਮੇਨ ਬਾਜ਼ਾਰ ਦੇ ਦਰਸ਼ਨ ਕਰ ਲਈਏ, ਪਤਾ ਨਹੀਂ ਮੁੜ ਕੇ ਕਦੋਂ ਆਵਾਂ। ਮਿੱਤਰੋ ਅੱਜ ਮੈਂ ਜਿੱਥੇ ਚੱਲਿਆ ਉੱਥੇ ਦਾ ਮੈਂ ਵਲੋਗ ਕੋ ਨਹੀਂ ਬਣਾ ਸਕਦਾ, ਸਿਰਫ ਰਸਤੇ ਦੇ ਹੀ ਕਲਿੱਪ ਲੈਣੇ ਸੀ। ਇਹਨੂੰ ਦੇਖ ਕੇ ਤੁਸੀਂ ਕਰ ਲਓ ਇੰਜੋਏ। ਯਾਰ ਹੁਣੇ ਜਾ ਰਹੇ ਹਾਂ ਜੀ। ਤੋਂ ਮਿੱਤਰੋ ਸ਼ੁਰੂ ਹੋ ਗਿਆ ਅਗਲਾ ਦਿਨ। ਸੂਰਜ ਦੀ ਚਮਕ ਅੱਖਾਂ ਵਿੱਚ ਪਵੇ ਤੇ ਚਿੜੀਆਂ ਦੀਆਂ ਆਣ ਰੰਗ ਬਰੰਗੀਆਂ ਵਾਜਾਂ। ਮੈਂ ਵੀ ਮੱਠੀ ਜੀ ਆਵਾਜ਼ ਦੇ ਵਿੱਚ ਘਰੋਂ ਚੱਕਿਆ ਤੋਲੀਆ। ਮੈਂ ਕਿਹਾ ਗਰਮ ਪਾਣੀ ਦੇ ਨਾਲ ਹਮਾਮ ਦੇ ਵਿੱਚ ਯਾਰ ਨਹਾ ਕੇ ਆਈਏ। ਅਖੀਰ ਯਾਰ ਹੁਣੇ ਪਹੁੰਚੇ ਹਮਾਮ, ਦੇਖਿਆ ਪਾਣੀ ਗਰਮ ਆ। ਮੈਂ ਕਹਿੰਦਾ ਨਜ਼ਾਰੇ ਪੂਰੇ ਸਵਾਦ ਸਾਰੇ ਆ। ਨਾਲੇ ਮਿੱਤਰੋ ਨਾਈਸ ਮੁੰਡੇ ਨੇ ਸਿਰ ਤੋਂ ਲਾਈ ਟੋਪੀ। ਮੈਂ ਕਿਹਾ ਯਾਰ ਇੱਕ ਵਾਰੀ ਵਾਲਾਂ ਨੂੰ ਮਸ਼ੀਨ ਲਵਾ ਲਵਾਂ ਮੀਆਂ ਮੀਆਂ ਹੋ ਜੂ। ਫਿਰ ਮਿੱਤਰੋ ਰਾਜਾ ਅਸਦ ਕੋ ਨਾਈਸ ਮੁੰਡਾ ਕਟਾਣ ਬਹਿ ਗਿਆ ਵਾਲ, ਕਿਉਂਕਿ ਰਾਜੇ ਅਸਦ ਨਾਲ ਯਾਰ ਹੁਣਾਂ ਦਾ ਯਰਾਨਾ ਹੀ ਯਾਰ ਹੋ ਰਿਹਾ। ਅਖੀਰ 5 ਮਿੰਟ ਔਰ 20 ਸੈਕਿੰਡ ਬਾਅਦ ਨਾਈਸ ਮੁੰਡੇ ਦੇ ਨਜ਼ਾਰੇ ਹੀ ਹੋਰ ਸੀ। ਦਬਾ ਦਬ ਮਾਸ਼ਾਅੱਲਾ ਲਿਖ ਦੋ ਕਮੈਂਟ ਦੇ। ਰਾਜਾ ਸਾਹਿਬ ਕੀ ਪੀਂਦੇ ਆ? ਕਹਿੰਦਾ ਮਿੱਠੀ ਚਾਹ। ਮੈਂ ਕਿਹਾ ਲੈ ਫਿਰ ਮਿੱਠਾ ਜਿਹਾ ਕਮੈਂਟ ਆਇਆ, ਲੈ ਕਮੈਂਟ ਦੇ ਵਿੱਚ ਦੇਖੀ। ਨਾਲ ਹੀ ਮੈਂ ਰਾਜੇ ਅਬੂ ਬੱਕਰ ਨੂੰ ਦਿੱਤੇ 20 ਰੁਪਏ। ਮੈਂ ਕਿਹਾ ਦੋ ਪੁੜੀਆਂ ਸ਼ੈਂਪੂ ਦੀਆਂ ਲਿਆ। ਲੈ ਮਿੱਤਰੋ ਆਹ ਦੇਖ ਲਓ ਜੀ ਪਿੰਡ ਵਾਲਿਆਂ ਦਾ ਹਾਲ। 1 ਮਿੰਟ ਔਰ 22 ਸੈਕਿੰਡ ਬਾਅਦ ਯਾਰ ਹੁਣੇ ਨਹਾ ਧੋ ਕੇ ਹੋਏ ਆ ਫਾਰਗ। ਮੈਂ ਕਹਿੰਦਾ ਨਜ਼ਾਰੇ ਸਵਾਦ ਦੇ ਵਿੱਚ ਪਈ ਨਜ਼ਰ। ਮੈਂ ਦੇਖਿਆ ਸੁਨਮਸਾਨ, ਪਤਾ ਲੱਗਿਆ ਜੀ ਹਫਤਾ ਨਿਆਣੇ ਸਾਰੇ ਗਏ ਆ ਸਕੂਲੇ, ਉਹਨਾਂ ਨਾਲ ਤਾਂ ਰੋਣ। ਹਮਜ਼ਾ ਵੀ ਲੇਟ ਆ, ਇਹਨੇ ਵੀ ਗਾਲਾਂ ਕੱਢੋ ਨਾ, ਸਿਰਫ ਮੈਨੂੰ ਨਾ ਕੱਢੋ। ਹਮਜ਼ਾ ਸਾਹਿਬ ਟਾਈਮ ਨਾ ਆ ਜਾ ਕਰੋ ਰੋਟੀ ਖਾਣ ਵਾਸਤੇ। ਆਹੋ ਭਾਈ ਜੀ, ਮੈਂ ਜਦੋਂ ਕਰਾਉਣਾ ਹੀ ਪੈਣਾ, ਮੈਂ ਆਪ ਹੀ ਵਿਆਹ ਕਰਾ ਲੈਣਾ। ਨਾ ਦਿਆ ਕਰੋ ਰੋਟੀ ਤੁਸੀਂ, ਗਾਲਾਂ ਜਦੋਂ ਦੇਖੋ। ਰੋਜ਼ ਗਾਲਾਂ ਪੈਂਦੀਆਂ, ਅੱਜ ਨਾਸ਼ਤਾ ਤੂੰ ਬਣਾ ਕੇ ਦੇ ਉੱਠ ਕੇ ਯਾਰ। ਰਹਿਣ ਦੇ ਤੂੰ, ਅੱਜ ਨਾਸ਼ਤਾ ਤੂੰ ਬਣਾ ਕੇ ਦੇ ਬੇਬੇ, ਗਾਲਾਂ ਕੱਢਦੇ ਕਹਿੰਦੀ ਲੇਟ ਆਇਆ। ਤੁਹਾਨੂੰ ਪਤਾ ਮਿੱਤਰੋ ਮਾਂ ਤਾਂ ਫਿਰ ਮਾਂ ਹੀ ਹੁੰਦੀ ਹੈ ਨਾ। ਮਾਂ ਨੇ 2-3 ਗੱਡੀਆਂ ਗਾਲਾਂ, ਮੈਂ ਕਿਹਾ ਕੋਨੀ ਘੇ ਦੀਆਂ ਨਾਲਾਂ ਬਰ ਰਿਹਾ ਪਰੋਠੇ। ਇਹਦੇ ਨੂੰ ਯਾਰ ਹੁਣੇ ਵੀ ਕੱਪੜੇ ਕੁਪੜੇ ਬਦਲ ਕੇ ਹੋ ਗਏ ਸੀ ਰੈਡੀ। ਕਿਆ ਬਾਤ, ਕੱਪੜੇ ਬਦਲ ਤੋਂ ਬਾਅਦ ਜਦ ਤੱਕ ਨਾਈਸ ਮੁੰਡਾ ਖੁਸ਼ਬੂ ਨਹੀਂ ਲਾਂਦਾ ਹੈਗਾ ਮਿੱਤਰੋ, ਯਾਰ ਅਸੀਂ ਤਾਂ ਐਂ ਸਮਝਦੇ ਆ ਵੀ ਕੱਪੜੇ ਬਦਲੇ ਹੀ ਕੋਈ। ਅਖੀਰ ਮਾਂ ਦੇ ਹੱਥ ਦੇ 2 ਪਰੋਠੇ ਤੇ ਮੈਂ ਕਹਿੰਦਾ ਸਵਾਦ ਪੂਰਾ। ਯਾਰ ਹੁਣੇ ਕਰਨ ਲੱਗਿਆ ਨਾਸ਼ਤਾ ਕਰਨਾ ਤੇ ਜਰਾ। ਜਿੰਨੇ ਵੀਰ ਭਰਾ ਪਰਦੇਸ਼ ਚ ਬਹਿ ਕੇ ਮਾਂ ਦੇ ਹੱਥ ਦੇ ਪਰੋਠੇ ਮਿਸ ਕਰਦੇ ਆ, ਸਾਰੇ ਵੀਰ ਕਮੈਂਟ ਦੇ ਵਿੱਚ ਦੱਸਿਓ। ਅੱਬਾ ਜੀ ਮਠਾਈ ਕਾਦੀ ਖਾ ਰਹੇ ਅੱਜ? ਮੈਂ ਆਪਣੇ ਪੁੱਤ ਬਰਾਂ ਦੀ ਮੰਗਣੀ ਦੀ ਖਾ ਰਿਹਾ। ਹਲੇ ਮੰਗਣੀ ਹੋਈ ਨਹੀਂ ਹੈਗੀ, ਫੜਾ ਦੋ, ਜਦੋਂ ਹੋ ਗਈ ਮੈਂ ਦੇ ਦੂੰਗਾ ਤੁਹਾਨੂੰ। ਅੱਗੇ ਚਾਹ ਪੀਣ ਆਇਆ ਹੋਟਲ ਤੇ, ਦੇਖਿਆ ਮੁੰਡਾ ਖਾਵੇ ਪਾਪੜ। ਮੈਂ ਕਿਹਾ ਯਾਰ ਥੋੜੇ ਜਿਹਾ ਚੈੱਕ ਕਰਾਈ। ਲੈ ਮਿੱਤਰੋ ਜਦੋਂ ਮੈਂ ਪਾਪੜ ਖਾਦੇ ਬਹੁਤ ਜ਼ਿਆਦਾ ਉਹਦੇ ਵਿੱਚ ਮਿਰਚਾਂ, ਬਚਪਨ ਦਾ ਯਾਦ ਆ ਗਿਆ ਪਰ ਮੂੰਹ ਵੀ ਇੱਕ ਵਾਰੀ ਸੜ ਗਿਆ। ਲੈ ਅਖੀਰ ਬਲਾਲ ਭਾਈ ਦੇ ਕੁਆਰੇ ਹੱਥਾਂ ਦੀ ਚਾਹ ਤੇ ਨਾਲ ਮਾਸ਼ਾਅੱਲਾ ਬਰਫੀ। ਯਾਰ ਹੁਣੇ ਬਲਾਲ ਭਾਈ ਕੋ ਪੀਣ ਲੱਗਿਆ ਜੀ ਚਾਹ। ਚਲੋ ਤੇ ਮਿੱਤਰੋ ਕਿਤੇ ਵੀ ਤੁਸੀਂ ਮੈਨੂੰ ਮੇਰੇ ਪਿੰਡ ਮਿਲਣ ਆਏ, ਬਲਾਲ ਭਾਈ ਦੀ ਬਰਫੀ ਯਾਦ ਕਰਾਇਆ, ਤੁਹਾਨੂੰ ਮੈਂ ਜ਼ਰੂਰ ਖਿਲਾਉਂਗਾ ਯਾਰ। ਤੋ ਹੋਏ ਫਾਰਗ, ਨਾਲ ਹੀ ਹਮਜਾ ਭਾਈ ਦੀ ਆਈ ਕਾਲ, ਕਹਿੰਦਾ ਇਮਰਾਨ ਸਾਹਿਬ ਆਇਓ ਗੰਨਿਆਂ ਦਾ ਰੋਲ। ਫਿਰ ਯਾਰਾਂ ਨੇ ਵੀ ਲਾਇਆ ਚੌਥਾ ਗੇਅਰ, ਸਕੂਟਰ ਭਜਾਉਂਦੇ ਅੱਗੇ। ਮੈਂ ਆਇਆ ਦੇਖਿਆ ਯੰਗ ਸਟਾਰ ਮੁੰਡੇ ਮਾਸ਼ਾਅੱਲਾ ਜੀ ਅੱਜ ਮਿਹਨਤੀ ਬਣੇ ਹੋਏ ਸੀ, ਤੋੜ ਰਹੇ ਸੀ ਸਾਰੇ ਵੀਰ ਗੰਨੇ। ਫਿਰ ਨਾਈਸ ਮੁੰਡਾ ਵੀ ਉੱਥੇ ਐਵੀਡੈਂਸੀ ਮਾਰੇ। ਮੈਂ ਕਿਹਾ ਦਵਾ ਦਵਾ ਆਜੋ, ਕਹਿੰਦਾ ਇਮਰਾਨ ਸਾਹਿਬ ਖੈਰ ਤੇ ਹੈ। ਲਿਆ ਤਖੀਰ ਯੰਗ ਸਟਾਰ ਮੁੰਡੇ ਮਾਸ਼ਾਅੱਲਾ ਜੀ ਸਕੂਟਰਾਂ ਦੇ ਉੱਤੇ ਹੋਏ ਆ ਰੈਡੀ। ਮੈਂ ਕਿਹਾ ਪਹੁੰਚੋ, ਮੈਂ ਵੀ ਯਾਰ ਤੁਹਾਡੇ ਪਿੱਛੇ ਪਿੱਛੇ ਆਇਆ ਬੇਲਣੇ ਦੇ। ਭਾਈ ਦੇ ਡੇਰੇ ਪਹੁੰਚੇ, ਕਿੰਗ ਉੱਥੇ ਲੱਗੇ ਹੋਏ ਆ ਨਿੰਬੂ। ਮੈਂ ਕਿਹਾ ਹਮਜਾ ਭਾਈ ਉਹ ਸਾਹਮਣੇ ਬਾਗ, ਉੱਥੋਂ ਤੋੜ ਲਿਆ ਨਿੰਬੂ, ਸਵਾਦ ਸਾਰੇ। ਚਲੋ ਯੂ ਭਾਈ ਦੇਖੋ ਜੀ ਧੁੱਪ ਦੇ ਵਿੱਚ ਪਿਆ ਸੁੱਤਾ, ਯਕੀਨ ਮੰਨੋ ਨਾਲ ਮੋਬਾਈਲ ਪਿਆ। ਮੈਂ ਕਿਹਾ ਯੂ ਭਾਈ ਮਰਜ਼ੀ ਆ ਤੁਹਾਡੀ। ਇਹ ਵੀਡੀਓ ਜਦੋਂ ਸੁੱਤੇ ਉੱਠੇ ਉਦੋਂ ਦੇਖਣਗੇ, ਘਰਾਟੇ ਵੱਜ ਰਿਹਾ ਯੂ ਭਾਈ, ਮਾਦਰੇ ਤੁਹਾਡਾ ਕਲਿੱਪ ਰਿਹਾ। ਲਾ ਤਖੀਰ ਤਵੀਲ ਮਿਹਨਤ ਤੋਂ ਬਾਅਦ ਯੰਗ ਸਟਾਰ ਮੁੰਡੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਟਿਊਬਲ ਤੇ ਪਹੁੰਚੇ, ਗੰਨੇ ਲੈ ਕੇ ਇੱਥੇ ਧੋਣੇ ਸੀ, ਸਾਫ ਸੁਥਰਾ ਜੂਸ ਨਿਕਲ ਰੋ। ਗੰਨਿਆਂ ਦਾ ਰੋਹ ਪੀਣਾ ਆਸਾਨ ਕੰਮ ਨਹੀਂ ਹੈ, ਦੇਖੋ ਯਾਰ ਕਿੰਨੀ ਜ਼ਿਆਦਾ ਮਿਹਨਤ ਕੀਤੀ ਜਾਂਦੀ ਹੈ ਫਿਰ ਲੱਭਦਾ ਰੋਹ। ਤੇ ਮਿੱਤਰੋ ਰੋਹ ਤਾਂ ਬਥੇਰਾ ਬਥੇਰਾ ਪੀਤਾ ਹੋਣਾ, ਪਰ ਮਿਹਨਤ ਕਰਕੇ ਰੋਹ ਪੀਣ ਦਾ ਆਪਣੇ ਸਵਾਦ ਆ। ਮਿੰਟ ਮਾਰ ਕੇ ਲਾਈਕ ਕਰ ਦਿਓ। ਜਿਹੜੋ ਤੇ ਮਿੱਤਰੋ ਆ ਉਹ ਡੇਰਾ ਸੀ 16 ਮਰੱਬੇ ਜਿੱਥੇ ਲੱਗਿਆ ਹੋਇਆ ਸੀ ਬੇਲਣਾ, ਇੱਥੇ ਅਸੀਂ ਕੱਢਣਾ ਸੀ ਜੀ ਅੱਜ ਰੋ। ਜਾ ਭਾਈ ਨੂੰ ਮੈਂ ਕਿਹਾ ਯਾਰ ਜਿਹੜੇ ਨਿੰਬੂ ਲੈ ਕੇ ਆ ਉਹ ਤਾਂ ਮਿੱਤਰਾਂ ਨੂੰ ਦਿਖਾ। ਲੈ ਮਿੱਤਰੋ ਮਾਸ਼ਾਅੱਲਾ ਜੀ ਮਾਸ਼ਾਅੱਲਾ ਪਿੰਡ ਦੇ ਨਿੰਬੂ ਦੇਖ ਲਓ, ਕਿੱਡੇ ਸੋਹਣੇ ਆ, ਅਸਲ ਜ਼ਾਇਕਾ ਯਾਰ। ਯੰਗ ਸਟਾਰ ਮੁੰਡੇ ਕਹਿੰਦੇ ਨਾਈਸ ਮੁੰਡਿਆ ਤੂੰ ਵੀ ਉੱਥੇ ਆ। ਮੈਂ ਕਿਹਾ ਬਿਸਮਿਲ੍ਲਾ ਵੀਰੇ ਯਾਰ ਇਹ ਕਿਹੜੀ ਗੱਲ ਆ, ਟਿਊਬਲ ਤੇ ਬਹਿੰਦੇ ਆ ਬਸ। ਫਿਰ ਮਿੱਤਰੋ ਨਾਈਸ ਮੁੰਡੇ ਨੇ ਪਹਿਲੇ ਨੰਬਰ ਤੇ ਆਪਣਾ ਮੂੰਹ ਧੋਤਾ। ਮੈਂ ਕਿਹਾ ਯਾਰ ਨਜ਼ਾਰੇ ਪੂਰੇ, ਤਾਜ਼ੇ ਪਾਣੀ ਨਾਲ ਮੂੰਹ ਧੋਣ ਦਾ ਵੀ ਆਪਣਾ ਹੀ ਸਵਾਦ। ਇੱਧਰ ਮੈਂ ਦੇਖਾਂ ਯੰਗ ਸਟਾਰ ਮੁੰਡੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਫੁੱਲ ਮਿਹਨਤ ਕਰ ਰਹੇ ਆ ਜੀ, ਗੰਨੇ ਧੋ ਰਹੇ ਆ ਟਿਊਬਲ ਦੇ ਵਿੱਚ ਵੜ ਕੇ। ਚਲੋ ਤੁਹਾਨੂੰ ਪਤਾ ਸਫਾਈ ਨਿਸਵੀ ਇਮਾਨ ਆ, ਪਹਿਲੇ ਨੰਬਰ ਤੇ ਅਸੀਂ ਧੋਤਾ ਬੇਲਣਾ। ਚਲੋ ਜ਼ੈਨ ਭਾਈ ਮਾਸ਼ਾਅੱਲਾ ਥੱਲੇ ਬਹਿ ਕੇ ਬੇਲਣ ਚ ਲਾਣ ਲੱਗ ਗਏ ਗੰਨੇ, ਤੇ ਯੰਗ ਸਟਾਰ ਮੁੰਡੇ ਗਿੜਨ ਲੱਗ ਗਏ ਜੀ ਬੇਲਣੇ। ਉੱਥੇ ਹੀ ਆਮਦ ਹੋਈ ਇਸ਼ਤਿਆਕ ਭਾਈ ਦੀ ਜਿਹੜੇ ਕਿ ਉਮਰੇ ਤੋਂ ਆਏ ਆ। ਮਾਸ਼ਾਅੱਲਾ ਇਹਨਾਂ ਨੂੰ ਸਾਰੇ ਵੀਰ ਮਿੱਠੀਆਂ ਜੱਫੀਆਂ ਪਾ ਕੇ ਦੇਣ ਮੋਬਾਈਲ। ਬਿਲਾ ਤਖੀਰ ਪਹਿਲਾ ਜੱਗ ਮਾਸ਼ਾਅੱਲਾ ਜੀ ਰੋਹ ਦਾ ਨਿਕਲਿਆ, ਸਾਰੇ ਮਿੱਤਰ ਦੇਖ ਲਓ ਤੇ ਇੱਕ ਗਲਾਸ ਭਾਈ ਜੀ
एक बाल्टी तैयार होने तो बाद आके भाई ने माशाल्लाह काला नमक सिट के चार चांदी लादा ला। हुण टाइम सी रो नू पीण दा। लै मित्रो जिन्ने वीर परदेश बैग रूमा च अपनी वीडियो देखदे आ जरूर दस्यो कमेंट। एक गिलास साडी खिदमत च होया पेश। नाइस मुंडे ने भी सिटे अंदर ते जा नजारे पूरे। इस मुंडे नू मित्रो दो गिलास पिला के ते चार गिलास दोबारा कढा ले इन्हां ने बेलने तो। मैं कहा बस भाई नू पता नाइस मुंडे दा ते मंजे दा इक लैदे रिश्ता। देख गया मंजा मैं कहा मैं पैण लगे इत्थे। आपसी मैं देखिया हमजा साहब खिचाण तस्वीरां ट्यूबल च खलो के। मैं कहा वाह पिंडा वालेओ क्या फिर वेलो नाश्ते तो बाद लै मित्रो प्याला चाह दा बिस्कुट। मैं दवा दा पी के चलिए बाहर। लै मित्रो यार हुणे पहुंचे मेन बाजार। अज सी माशाल्लाह जी साडे पिंड इलेक्शन रश देखो किन्ना। मित्रो अज पिंड दे विच गहमा गामिया हर बंदा जी फुल तैयारी दे विच पान जा रहा जी। विला तखीर नाइस मुंडे ने भी लभी परची। लै मित्रो एदे ते अज जिंदगी दी पहली वोट नाइस मुंडे ने पान जानी। चढ़ गए स्कूटर ते माशाल्लाह मट्ठी और ठंडी ठंडी हवा जा रहे वोट पा। तखीर नाइस मुंडा पहुंचिया गवर्नमेंट बॉयज हाई स्कूल अपने मक्खण वर्गे सोहने पिंड दे। मित्रो अंदर मैं वड़िया देखिया हर पार्टी दे माशाल्लाह जी बंदे इत्थे आ गए जी अपने अपना काम कर रहे। नाइस मुंडे दी जिंदगी दी अज पहली वोट सी। मैं सोच रहा सी कि यार अज वोट मैं किनू दवां। अगे जाके मैं देखिया यार बहुत ही लंबियां और खासियां लाइनां लगियां होईयां। मैनू तां ए नहीं पता मेरी केड़ी लाइन। मित्रो मैनू दस्या जी तेरी आ लाइन है। देखिया जी अब्बा हजूर भी लाइन च लगे हुए ते मैनू देख के मैनू दुकान उत्ते। नाइस मुंडा भी लग गया लाइन च। 15 मिनट हो गए सी। लै मित्रो मेरे तो मगर देखो जी किन्ने बंदे आ गए यार सारे वीर कमेंट दस्यो। नाले तुसी किनू किनू वोट पाई ओ वी दस्यो कमेंट च। 12 नाइस मुंडा पहुंचिया दोपहर नू घर। रोटियां जी घरों कोनी लभी। मैं कहा समोसे खांदे। अच्छी अकरम दी दुकान ते पहुंचिया चक्की प्लेट। मैं कहा लै वी समोसे वी गर्मा गर्म आ क्या बात। बिला तखीर सज्जनो ते मित्रो यारा ने भी माशाल्लाह एक सोहनी जी बना ली प्लेट समोसिया दी दिंदे आ रगड़ा। मैं दसदा जावां भाई जी घर दे गए होए अज वोट पाण वास्ते रोटी कोनी यकीन मन्नो बणी। बाणी बिलाल भाई नू कहा कि स्पेशल दे दो चाह। कहिंदा लो इमरान साहब चक्को। बिलाल भाई दी चाह वाह भाई वाह। कहिंदा यार हुणे बह गए अपने चाचे अमीर को अज दे बारे डिस्कस करन लग गए। मैं कहा चाचा जी की बनूंगा। अज शहीर भी आया जी जिंदगी दी पहली वोट पा के। कहिंदा इमरान साहब सबूत देख लो। मैं कहा क्या बातां अल्लाह खैर करे। मित्रो अज पिंड दे जिन्ने रक्षे सी सारे ही माशाल्लाह जी पोलिंग स्टेशनां ते लगे होए सी ਸਵਾਰੀਆਂ ਢੋਂਦੇ। ਇਹ ਨੰਬਰ ਤੇ ਨਾਈਸ ਮੁੰਡਾ ਪਹੁੰਚਿਆ। ਮਾਸ਼ਾਅੱਲਾ ਜੀ ਕਾਮਲ ਸ਼ਮੀਲ ਗੁੱਜਰ ਉਮੀਦਵਾਰ ਸੀ ਇੱਥੇ। ਇਹਨਾਂ ਦਾ ਇੰਤਖਾਬੀ ਨਿਸ਼ਾਨ ਸੀ ਘੜਿਆਲ। ਮੈਂ ਕਿਹਾ ਪੁੱਛਾਂ ਯਾਰ ਕੀ ਹਾਲ ਹਵਾਲ ਆ। ਕਹਿੰਦਾ ਇਨਸ਼ਾਅੱਲਾ ਜੀ ਚੰਗੀ ਖਬਰ ਆਏਗੀ ਸ਼ਾਮ ਨੂੰ। ਮੈਂ ਕਿਹਾ ਚਲੋ ਅੱਲਾ ਖੈਰ ਕਰੇ। ਕੀ ਬਾਤ ਹੈ ਇਹਨਾਂ ਦੀ? ਕੀ ਹੋਇਆ ਜੀ? 3:25 ਮਿੰਟ ਦੇ ਅੱਛਾ ਟੋਟਲ ਵੋਟ ਮਰਦਾਂ ਦਾ ਕਾਸਟ ਹੋਇਆ ਜੀ। ਕਿੰਨਾ ਜੀ? 1200 ਮੁੰਡੇ ਦੀ ਨਜ਼ਰ ਪਈ ਮੇਰੇ ਯਾਰ ਸਾਈ ਤੇ। ਮੈਂ ਕਿਹਾ ਸਾਈ ਕਿਹਨੂੰ ਸਪੋਰਟ ਕਰ ਰਿਹਾ? ਕਹਿੰਦਾ ਸ਼ੇਰ ਨੂੰ। ਮੈਂ ਕਿਹਾ ਵਾਹ। ਇੱਥੇ ਹੋ ਗਈ ਸੀ ਮਿੱਤਰੋ ਰਾਤ। ਯਾਰ ਹੁਣੇ ਬਹਿ ਕੇ ਮਾਸ਼ਾਅੱਲਾ ARY ਨਿਊਜ਼ ਨੂੰ ਇੰਜੋਏ ਕਰ ਰਹੇ ਸੀ, ਦੇਖ ਰਹੇ ਸੀ ਮਾਸ਼ਾਅੱਲਾ ਜੀ ਅੱਜ ਦੀਆਂ ਖਬਰਾਂ। ਮਿੱਤਰੋ ਆਹ ਉਹ ਸਕੂਲ ਆ ਜਿੱਥੇ ਪਈਆਂ ਸੀ ਵੋਟਾਂ ਰਾਤ ਨੂੰ। ਸਾਰੀ ਆਵਾਮ ਉੱਥੇ ਆ ਕੇ ਇੰਤਜ਼ਾਰ ਕਰ ਰਹੀ ਆ ਅੱਜ ਦੀਆਂ ਸਾਰੀਆਂ ਵੋਟਾਂ ਦੇ ਰਿਜ਼ਲਟ ਦਾ। ਅਖਰ ਤੇ ਉੱਥੇ ਰਿਜ਼ਲਟ ਆਇਆ ਜੀ। PTI ਕਰ ਗਈ ਵਿਨ ਤੇ PTI ਦੇ ਬੰਦੇ ਉੱਥੇ ਕੱਢਣ ਜੀ ਰੈਲੀ। ਲੈ ਮਿੱਤਰੋ ਆਪਣਾ ਖਿਆਲ ਰੱਖਿਓ। ਜੱਗ ਜਿਉਂਦਿਆਂ ਦੇ ਮੇਲੇ ਨਮਾਜ਼ ਕਾਇਮ ਕਰਿਓ। ਪਾਕਿਸਤਾਨ ਜ਼ਿੰਦਾਬਾਦ।